ਕੁੱਤੇ ਸੀ ਜੀ ਡੇਰੇ ਤੇ ਸਾਡਾ ਜ਼ਮੀਨ ਨੂੰ ਲੈ ਕੇ ਝਗੜਾ ਸੀਗਾ ਕਿੰਨਾ ਨਾਲ ਝਗੜਾ ਸੀਗਾ ਜੀ ਮੇਰੇ ਚਾਚਾ ਜੀ ਨਾਲ ਅੱਛਾ ਜੀ ਤੇ ਇਹਨਾਂ ਨੇ ਮੇਰੀ ਮਾਤਾ ਨੂੰ ਇਕੱਲੀ ਦੇਖ ਕੇ ਤੇ ਉਹਨਾਂ ਸਾਰੇ ਪਰਿਵਾਰ ਨੇ ਰਲ ਕੇ ਮੇਰਾ ਚਾਚਾ ਉਹਦੀ ਘਰ ਦੀ ਅਤੇ ਉਹਨਾਂ ਦਾ ਮੁੰਡਾ ਸਮਾਨ ਇਹਨਾਂ ਸਾਰਿਆਂ ਨੇ ਰਲ ਕੇ ਉਹਨਾਂ ਨੂੰ ਮਾਰਿਆ ਅਤੇ ਉਹਨਾਂ ਦੀ ਬਹੁਤ ਜ਼ਿਆਦਾ ਜ਼ੋਰ ਦੀ ਸੱਟਾਂ ਮਾਰੀਆਂ ਉਹਨਾਂ ਸਿਰ ਹੀ ਲਗਭਗ ਵੱਢ ਹੀ ਦਿੱਤਾ ਸੀਗਾ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਪ੍ਰਦੀਪ ਸਿੰਘ ਕੀ ਹਾਦਸਾ ਹੋਇਆ ਤੁਹਾਡੇ ਮਾਤਾ ਜੀ ਨਾਲ ਮੇਰੀ ਮਾਤਾ ਕੁੱਤੇ ਸੀਗੀ ਡੇਰੇ 'ਤੇ ਸਾਡਾ ਜ਼ਮੀਨ ਨੂੰ ਲੈ ਕੇ ਝਗੜਾ ਸੀਗਾ ਕਿੰਨਾ ਨਾਲ ਝਗੜਾ ਸੀਗਾ ਜੀ ਮੇਰੇ ਚਾਚਾ ਜੀ ਨਾਲ ਅੱਛਾ ਜੀ ਅਤੇ ਇਹਨਾਂ ਨੇ ਮੇਰੀ ਮਾਤਾ ਨੂੰ ਇਕੱਲੀ ਦੇਖ ਕੇ ਅਤੇ ਉਹਨਾਂ ਸਾਰੇ ਪਰਿਵਾਰ ਨੇ ਰਲ ਕੇ ਮੇਰਾ ਚਾਚਾ ਉਹਦੀ ਘਰ ਦੀ ਅਤੇ ਉਹਨਾਂ ਦਾ ਮੁੰਡਾ ਸਮਾਨ ਇਹਨਾਂ ਸਾਰਿਆਂ ਨੇ ਰਲ ਕੇ ਉਹਨਾਂ ਨੂੰ ਮਾਰਿਆ ਅਤੇ ਉਹਨਾਂ ਦੀ ਬਹੁਤ ਜ਼ਿਆਦਾ ਜ਼ੋਰ ਦੀ ਸੱਟਾਂ ਮਾਰੀਆਂ ਉਹਨਾਂ ਸਿਰ ਹੀ ਲਗਭਗ ਵੱਢ ਹੀ ਦਿੱਤਾ ਸੀਗਾ ਅਤੇ ਡੈਡੀ ਉਹ ਤੋਂ ਬਾਅਦ ਦੇ ਵਿੱਚ ਆਏ ਆ ਡੈਡੀ ਨੇ ਦੇਖਿਆ ਉਹਨਾਂ ਨੂੰ ਅਤੇ ਉਹ ਵੇਖ ਕੇ ਉਹਨਾਂ ਨੂੰ ਭੱਜ ਗਿਆ ਸਾਰੇ ਜਣੇ ਅੱਛਾ ਜੀ ਤਿੰਨ ਜਣੇ ਇਹ ਸੀਗੇ ਅਤੇ ਨਾਲ ਦੋ ਅਣਪਛਾਤੇ ਹੋਰ ਸੀਗੇ ਉਹਨਾਂ ਦਾ ਪਤਾ ਨਹੀਂ ਲੱਗਾ ਡੈਡੀ ਨੇ ਇਹਨਾਂ ਨੂੰ ਤਾਂ ਪਛਾਣ ਲਿਆ ਅੱਛਾ ਜੀ ਅਤੇ ਕਿੱਥੇ ਕੋਈ ਦਾਖਲ ਸੀਗੇ ਤੁਹਾਡੇ ਮਾਤਾ ਜੀ ਕਿੰਨੇ ਦਿਨ ਬਾਅਦ ਉੱਥੋਂ ਫਿਰ 30 ਤਰੀਕ ਸ਼ਾਮ ਦੀ ਗੱਲ ਹੈ 5:30-6 ਵਜੇ ਦੀ ਉਦੋਂ ਉਹਨਾਂ ਨੇ ਕੀਤੀ ਵਾਰਦਾਤ ਜਿਹੜੀ ਕੀਤੀ ਕਤਲ ਕੀਤਾ ਉਦੋਂ ਫਿਰ ਉਹਨੂੰ ਸਿਵਲ ਹੋਸਪਿਟਲ ਇੱਥੇ ਲੈ ਕੇ ਆਏ ਸੀਗੇ ਕਪੂਰਥਲਾ ਇੱਥੇ ਉਹਨਾਂ ਨੇ ਰੈਫਰ ਕਰ ਦਿੱਤਾ ਕਿ ਇਹਨਾਂ ਨੂੰ ਜਲੰਧਰ ਲੈ ਜਾਓ ਸੱਤਿਆਮ ਹੋਸਪਿਟਲ ਇੱਥੇ ਸਾਡੇ ਬੱਸ ਦਾ ਕੰਮ ਨਹੀਂ ਹੈਗਾ ਉਹਨਾਂ ਨੇ ਟਾਂਕੇ ਟੂੰਕੇ ਥੋੜ੍ਹੇ ਬਹੁਤ ਲਾਤੇ ਸੀਗੇ ਫਿਰ ਉੱਥੋਂ ਸਿੱਧਾ ਹੀ ਅਸੀਂ ਬ੍ਰਦਰ ਮੇਰਾ ਛੋਟਾ ਮਿਲਟਰੀ ਹੋਸਪਿਟਲ 'ਚ ਹੋਸਪਿਟਲ ਕਹਿ ਰਿਹਾ ਮੈਂ ਆਰਮੀ ਦੇ ਵਿੱਚ ਅਤੇ ਫਿਰ ਉਹ ਕਹਿੰਦਾ ਕਿ ਸਿੱਧਾ ਤੁਸੀਂ ਮਿਲਟਰੀ ਹੋਸਪਿਟਲ ਹੀ ਲੈ ਆਓ ਫਿਰ ਅਸੀਂ ਉੱਥੇ ਲੈ ਗਏ ਹਾਂ 30 ਤਰੀਕ ਸ਼ਾਮ ਦੀ ਅਸੀਂ ਉੱਥੇ ਹੀ ਉਹਨਾਂ ਨੂੰ ਐਡਮਿਟ ਕਰਾਇਆ ਸੀ ਵੈਂਟੀਲੇਟਰ 'ਤੇ ਸੀਗੇ ਠੀਕ ਹੈ ਅਤੇ ਕੋਈ ਰਿਸਪੋਂਸ ਨਹੀਂ ਸੀਗਾ ਆ ਰਿਹਾ ਅਤੇ ਤਕਰੀਬਨ ਫਿਰ ਕੱਲ੍ਹ 12:30-1 ਵਜੇ ਉਹਨਾਂ ਨੇ ਡਾਕਟਰਾਂ ਨੇ ਜਵਾਬ ਦਿੱਤਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਇਹਨਾਂ ਦੇ ਸਾਰਿਆਂ ਦੇ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਨਾਲ ਮੇਰੀਆਂ ਭੂਆ ਵੀ ਨੇ ਜਿਨ੍ਹਾਂ ਨੇ ਸਾਰੀ ਪਲੈਨਿੰਗ ਕੀਤੀ ਇਹ ਵੀ ਵਿੱਚ ਹੀ ਨੇ ਸਾਰੀਆਂ ਰਲੀਆਂ ਹੋਈਆਂ ਇਹਨਾਂ ਟੋਟਲ ਜ਼ਮੀਨ ਸਰ ਹੈ ਕਿ ਨਹੀਂ ਸੀ ਬਾਪੂ ਦੀ ਜ਼ਮੀਨ ਸੀ 2 ਕਿੱਲੇ ਉਹਦਾ ਹੀ ਵਿਵਾਦ ਸੀਗਾ ਕੋਰਟ ਦੇ ਵਿੱਚ ਕੇਸ ਚੱਲਦਾ ਸੀਗਾ ਅਤੇ ਉਹਦਾ ਫੈਸਲਾ ਸਾਡੇ ਹੱਕ 'ਚ ਆਇਆ ਸੀ ਇਸੇ ਦਾ ਉਹਨੂੰ ਗੁੱਸਾ ਚੜਿਆ ਹੋਇਆ ਸੀ ਅਤੇ ਉਹ ਹੀ ਇਹਨਾਂ ਨੇ ਕੀਤਾ ਭੈਣਾਂ ਵੀ ਕਹਿੰਦੀਆਂ ਸਾਨੂੰ ਹਿੱਸਾ ਚਾਹੀਦਾ ਸਾਰਾ ਵਿੱਚ ਵੀ ਹੈਗੀਆਂ ਭੂਆ ਮੇਰੀਆਂ ਸਾਰੀਆਂ ਵਿੱਚ ਕੰਮ ਕਮਾਉਣ ਦੇ ਵਿੱਚ ਪਿੰਡ ਫੱਤੂ ਢਿੰਗੇ ਤੋਂ ਸਾਨੂੰ ਇੱਕ ਇਤਲਾਹ ਮਿਲੀ ਸੀਗੀ ਕਿ ਉੱਥੇ 2 ਪਰਿਵਾਰ ਜਿਹੜੇ ਨੇ ਜੋ ਕਿ ਆਪਸ ਦੇ ਵਿੱਚ ਰਿਸ਼ਤੇਦਾਰੀ ਭਰਾ ਭਰਾ ਲੱਗਦੇ ਨੇ ਅਤੇ ਉਹਨਾਂ ਦਾ ਕੋਈ ਝਗੜਾ ਹੋਇਆ ਸੀ ਜਿਸ ਦੇ ਤਹਿਤ ਦ ਲੇਡੀ ਵਾਜ਼ ਐਡਮਿਟਡ ਟੂ ਦ ਹੋਸਪਿਟਲ 1/11/2023 ਨੂੰ ਜਦੋਂ ਉਹਨੂੰ ਹੋਸਪਿਟਲ ਦਾਖਲ ਕਰਵਾਇਆ ਗਿਆ ਤਾਂ ਉਹ ਅਨਫਿਟ ਸੀਗੀ ਬਿਆਨ ਦੇਣ ਲਈ ਦੁਪਹਿਰ 12:30 ਵਜੇ ਲੇਡੀ ਦਾ ਜਿਹੜਾ ਕਿ ਅਮਰਜੀਤ ਕੌਰ ਜਿਹੜੀ ਕਿ ਫੱਤੂ ਢਿੰਗੇ ਤੋਂ ਰਹਿਣ ਵਾਲੀ ਹੈ ਉਹਨਾਂ ਦੀ ਡੈਥ ਹੋ ਗਈ ਸੀ ਉਹਨਾਂ ਦੀ ਇੰਜਰੀ ਸੀਗੀਆਂ ਬਾਡੀ 'ਤੇ ਜਿਸ ਦੇ ਤਹਿਤ ਉਹਨਾਂ ਦੇ ਹਸਬੈਂਡ ਦੇ ਬਿਆਨਾਂ ਦੇ ਉੱਤੇ ਅਸੀਂ ਕਾਰਵਾਈ ਕਰਦੇ ਹੋਏ ਤਿੰਨ ਬਾਏ ਨੇਮ ਬੰਦਿਆਂ 'ਤੇ ਪਰਚਾ ਦਰਜ ਕੀਤਾ ਜਿਸ ਵਿੱਚੋਂ 2 ਗ੍ਰਿਫਤਾਰ ਹੋ ਚੁੱਕੇ ਨੇ ਜੋ ਕਿ ਰਿਸ਼ਤੇ ਵਿੱਚ ਇਹਦਾ ਦਿਓਰ ਅਤੇ ਦਰਾਣੀ ਲੱਗਦੇ ਨੇ ਇਹਨਾਂ ਦਾ ਜੀ ਜ਼ਮੀਨੀ ਵਿਵਾਦ ਚੱਲਦਾ ਸੀਗਾ ਇਹਨਾਂ ਦਾ ਪੁਰਾਣਾ ਵੀ ਝਗੜਾ ਹੋ ਚੁੱਕਾ ਸੀਗਾ ਜਿਸ ਵਿੱਚ ਪੁਲਿਸ ਨੇ ਇਹਨਾਂ ਦੀ ਪ੍ਰੀਵੈਂਟਿਵ ਐਕਸ਼ਨ ਲੈ ਕੇ ਇਹਨਾਂ ਦੇ ਦੋਨਾਂ ਪਰਿਵਾਰਾਂ ਦੇ ਖਿਲਾਫ ਪਹਿਲਾਂ ਵੀ ਕਾਰਵਾਈ ਕੀਤੀ ਸੀਗੀ ਪਰੰਤੂ ਫਿਰ ਵੀ ਇਹਨਾਂ ਦਾ ਜਿਹੜਾ ਵਿਵਾਦ ਜ਼ਮੀਨੀ ਜਿਹੜਾ ਵਿਵਾਦ ਸੀਗਾ ਉਹ ਚੱਲਦਾ ਆ ਰਿਹਾ ਸੀ ਜਿਸ ਦੇ ਤਹਿਤ ਇਹਨਾਂ ਦੀ ਆਪਸ ਦੇ ਵਿੱਚ ਕਿਤੇ ਝੜਪ ਹੋਈ ਅਤੇ ਲੇਡੀ ਦੀ ਸੱਟ ਲੱਗ ਗਈ ਜਿਸ ਨਾਲ ਕਿ ਉਹਦੀ ਮੌਤ ਹੋ ਗਈ ਤਿੰਨ ਬੰਦੇ ਬਾਈ ਨੇਮ ਅਤੇ 2 ਅਣਪਛਾਤਿਆਂ ਦੇ ਵਿਰੁੱਧ 302 ਅਤੇ 34 IPC ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ 2 ਜੋ ਕਿ ਇਹਦੇ ਦਰਾਣੀ ਅਤੇ ਇਹਦੇ ਦਰਾਣੀ ਅਤੇ ਦਿਓਰ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅੱਜ ਉਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾਏਗਾ ਨਹੀਂ ਹਾਲੇ ਤੱਕ ਇਹਦੇ ਵਿੱਚ ਕੋਈ ਜੇ ਕੋਈ ਤਫਤੀਸ਼ ਇੱਦਾਂ ਦੀ ਕੋਈ ਗੱਲਬਾਤ ਸਾਹਮਣੇ ਆਏਗੀ ਤਾਂ ਵੀ ਵਿਲ ਟੇਕ ਦ ਨੈਸੈਸਰੀ ਐਕਸ਼ਨ ਬਟ ਫੋਰ ਦ ਟਾਈਮ ਬੀਂਗ 1 FIR 302 ਦੇ ਤਹਿਤ ਅਸੀਂ ਦਰਜ ਕੀਤੀ ਹੈ ਅਤੇ 2 ਬੰਦਿਆਂ ਨੂੰ ਹਿਰਾਸਤ ਵਿੱਚ ਲੈ ਕੇ ਅੱਜ ਪੇਸ਼ ਅਦਾਲਤ ਕਰਾਂਗੇ ਜੀ।